ਕਿਉਰਾ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਐਂਡ ਹੈਲੋ। ਇੰਨਾ ਚਾਅ ਅਤੇ ਸ਼ੌਕ ਸੀ ਸਿੱਜਦਿਆਂ ਦਾ, ਖੌਰੇ ਕਿੱਥੇ ਕਿੱਥੇ ਮੱਥਾ ਰੱਖ ਦਿੱਤਾ। ਇੰਨੇ ਖੁਸ਼ਗਵਾਰ, ਇੰਨੇ ਰਮਣੀਕ ਮੌਸਮਾਂ ਦੇ ਵਿੱਚ ਇੱਕ ਉਹ ਧਰਤੀ ਜਿਸ ਨੂੰ ਲੈਂਡ ਆਫ ਲੌਂਗ ਵਾਈਟ ਕਲਾਊਡ ਆਉਤੀਆਰੂ ਆਖਿਆ ਜਾਂਦਾ, ਇੱਥੇ ਅਸੀਂ ਅੱਜ ਹੰਟਲੀ ਦੇ ਵਿੱਚ ਖੜ੍ਹੇ ਹਾਂ। ਹੰਟਲੀ ਖਾਸ ਤੌਰ 'ਤੇ ਬਾਬੇ ਕੇ ਹੰਟਲੀ, ਇੱਕ ਉਹ ਜਗ੍ਹਾ ਜਿਹੜੀ 2005 ਦੇ ਵਿੱਚ ਬਾਬਾ ਨਾਰ ਸਿੰਘ ਹੁਣਾਂ ਨੇ ਜਿਸ ਦੀ ਨਿਸ਼ਾਨਦੇਹੀ ਕੀਤੀ ਅਤੇ ਬਹੁਤ ਸਾਰੇ ਸਿੰਘਾਂ ਨੇ ਰਲ ਕੇ ਇਸ ਪ੍ਰੋਜੈਕਟ ਦੇ ਵਿੱਚ ਸਾਥ ਦਿੱਤਾ। ਅੱਜ ਵੀ ਇੱਕ 7 ਮੈਂਬਰੀ ਟਰੱਸਟ ਜਿਹੜਾ ਉਹ ਲੁੱਕ ਆਫਟਰ ਕਰਦਾ ਇਸ ਜਗ੍ਹਾ 'ਤੇ। ਅਸੀਂ ਵਾਹੀ ਝੀਲ ਦੇ ਕੰਢੇ ਖੜ੍ਹੇ ਹਾਂ। ਇਸ ਝੀਲ ਦਾ ਵੀ ਥੋੜ੍ਹਾ ਜਿਹਾ ਇਲਾਕਾ ਜਿਹੜਾ ਉਹ ਗੁਰਦੁਆਰਾ ਸਾਹਿਬ ਦੇ ਪ੍ਰੋਜੈਕਟ ਦੇ ਵਿੱਚ ਸ਼ਾਮਲ ਆ ਅਤੇ ਕੋਸ਼ਿਸ਼ ਕਰਾਂਗੇ ਆਉਂਦੇ ਸਮਿਆਂ ਦੇ ਵਿੱਚ ਵੀ ਇਸ ਪ੍ਰੋਜੈਕਟ ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਜਿਹੜੀਆਂ ਅੱਗੇ ਤੋਂ ਅੱਗੇ ਜਿਵੇਂ ਜਿਵੇਂ ਉੱਨਤੀ ਹੁੰਦੀ ਜਾਣੀ ਤੁਹਾਡੇ ਤੱਕ ਅਸੀਂ ਹਾਜ਼ਰ ਕਰਾਂਗੇ। ਇੱਕ ਛੋਟੀ ਜਿਹੀ ਵੀਡੀਓ ਜਿਹੜੀ ਆ ਉਹ ਹਾਲ ਦੀ ਘੜੀ ਤੁਹਾਡੇ ਸਨਮੁੱਖ ਕਰਾਂਗੇ। ਇਹ ਵੀ ਯਾਦ ਕਰਾ ਦਈਏ ਕਿ ਇਸ ਵੇਲੇ ਇਸ ਸਾਰੇ ਥਾਂ ਦਾ ਰੱਖ ਰਖਾਓ ਜਿਹੜਾ ਉਹ ਬਾਬਾ ਕਪੂਰ ਸਿੰਘ ਜੀ ਹੁਣੀ ਉਹ ਕਰ ਰਹੇ ਨੇ, ਜਿਹੜੇ ਕਿ ਬਾਬਾ ਨਾਰ ਸਿੰਘ ਸਨੇਰਾ ਵਾਲਿਆਂ ਦੇ ਸਪੁੱਤਰ ਨੇ। ਬਤਾਲੀ ਏਕੜ ਦੇ ਰਕਬੇ ਵਿੱਚ ਬਣਿਆ ਗੁਰਦੁਆਰਾ ਬਾਬੇ ਕੇ ਭਗਤ ਸਰਾਂ ਹੰਟਲੀ ਆਪਣੇ ਆਪ ਦੇ ਵਿੱਚ ਇੱਕ ਵੱਖਰਾ ਪ੍ਰੋਜੈਕਟ ਹੈ, ਜਿਸ ਵਿੱਚ ਲੈਂਡਸਕੇਪ ਤਿਆਰ ਕਰਕੇ ਇੱਕ ਪਾਰਕ ਤਿਆਰ ਕੀਤੀ ਗਈ ਹੈ, ਜਿਸ ਵਿੱਚ 15 ਭਗਤਾਂ ਦੇ ਦਿੱਤੀਆਂ ਸਿੱਖਿਆਵਾਂ ਅਤੇ ਜੀਵਨ ਯਾਤਰਾ ਨੂੰ ਪੇਸ਼ ਕਰਨ ਦਾ ਯਤਨ ਕੀਤਾ ਗਿਆ ਹੈ ਅਤੇ ਕੀਤੇ ਜਾ ਰਹੇ ਹਨ। ਪਾਰਕ ਵਿੱਚ ਤਿਆਰ ਕੀਤੀਆਂ ਹਟਸ ਦੇ ਵਿੱਚ ਭਗਤ ਸਾਹਿਬਾਨ ਦੀਆਂ ਤਸਵੀਰਾਂ ਅਤੇ ਜੀਵਨ ਸਿੱਖਿਆਵਾਂ ਨੂੰ ਚਿਤਰਨ ਦੀ ਵੀ ਕੋਸ਼ਿਸ਼ ਕੀਤੀ ਗਈ ਹੈ।